ਦੇਖ ਰਹੇ ਹੋ ਕਿਵੇਂ ਸ਼ਰੇਆਮ ਗੋਲੀਆਂ ਚੱਲ ਰਹੀਆਂ ਨੇ। ਦੱਸ ਦਈਏ ਕਿ ਝਗੜਾ ਹੋਇਆ ਏ, ਜਿਸ ਤੋਂ ਬਾਅਦ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਭੀੜ ਭਾੜ ਵਾਲਾ ਇਲਾਕਾ ਏ ਜਿੱਥੇ ਇਹ ਗੋਲੀਆਂ ਚੱਲੀਆਂ ਨੇ। ਦੱਸ ਦਈਏ ਕਿ ਪੁੱਤ ਦੀ ਲੜਾਈ ਹੋ ਰਹੀ ਸੀ, ਪਿਤਾ ਬਚਾਉਣ ਆਉਂਦਾ ਹੈ ਤਾਂ ਹਮਲਾਵਰ ਪਿਤਾ ਦੇ ਹੀ ਗੋਲੀਆਂ ਮਾਰ ਦਿੰਦੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਜੰਡਿਆਲਾ ਗੁਰੂ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਵਿਅਕਤੀ ਦੇ ਗੋਲੀ ਮਾਰੀ ਗਈ ਹੈ ਅਤੇ ਹਮਲਾਵਰ ਫਰਾਰ ਹੋਏ ਨੇ। ਦੱਸਿਆ ਇਹ ਜਾ ਰਿਹਾ ਹੈ ਕਿ ਸ਼ਹਿਰ ਦੇ ਵਿੱਚੋਂ ਵਿੱਚ ਘਾਹ ਮੰਡੀ ਚੌਂਕ ਹੈ, ਜਿੱਥੇ ਇੱਕ ਵਿਅਕਤੀ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਦੀ ਦੁਕਾਨ 'ਤੇ ਕੁਝ ਨੌਜਵਾਨ ਆਉਂਦੇ ਨੇ ਅਤੇ ਉਸਦੇ ਪੁੱਤ ਨਾਲ ਝਗੜਨ ਲੱਗ ਪੈਂਦੇ ਨੇ ਅਤੇ ਜਦੋਂ ਉਹ ਆਪਣੇ ਪੁੱਤ ਦਾ ਬਚਾਅ ਕਰਨ ਲਈ ਅੱਗੇ ਵੱਧਦਾ ਹੈ ਤਾਂ ਹਮਲਾਵਰ ਉਸਦੇ ਗੋਲੀਆਂ ਮਾਰ ਦਿੰਦੇ ਨੇ। ਕਈ ਰਾਊਂਡ ਫਾਇਰ ਹੋਏ ਦੱਸੇ ਜਾ ਰਹੇ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਨੇ, ਜਦਕਿ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ, ਅੰਮ੍ਰਿਤਸਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ, ਕਿਵੇਂ ਜਿਹੜੀ ਇਹ ਲੜਾਈ ਹੋਈ ਹੈ, ਕਿਵੇਂ ਝਗੜਾ ਹੋਇਆ ਅਤੇ ਕਿਵੇਂ ਗੋਲੀਆਂ ਚੱਲੀਆਂ ਨੇ। ਤਾਂ ਸ਼ਹਿਰ ਦਾ ਭੀੜ ਭਾੜ ਵਾਲਾ ਇਲਾਕਾ ਹੈ, ਬਹੁਤ ਸਾਰੇ ਲੋਕ ਉੱਥੋਂ ਆ ਜਾ ਰਹੇ ਸੀ, ਗੁਜ਼ਰ ਰਹੇ ਸੀ, ਤਾਂ ਇਸ ਦੌਰਾਨ ਇੱਕ ਝਗੜਾ ਹੋਇਆ। ਝਗੜਾ ਇੰਨਾ ਵੱਧ ਗਿਆ ਕਿ ਹਮਲਾਵਰਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਇਹ ਗੰਭੀਰ ਜ਼ਖਮੀ ਹੋਇਆ ਹੈ। ਹਮਲਾਵਰਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਪੁੱਤ ਨੂੰ ਕੁੱਟ ਰਹੇ ਸੀ ਤਾਂ ਉਸ ਦੌਰਾਨ ਪਿਤਾ ਜਿਹੜਾ ਇਹ ਆਪਣੇ ਪੁੱਤ ਨੂੰ ਬਚਾਉਣ ਲਈ ਅੱਗੇ ਵੱਧਦਾ ਹੈ ਤਾਂ ਇਹ ਹਮਲਾਵਰ ਉਸਦੇ ਹੀ ਗੋਲੀ ਮਾਰ ਦਿੰਦੇ ਨੇ। ਜੰਡਿਆਲਾ ਗੁਰੂ ਤੋਂ ਇਹ ਵੱਡੀ ਖਬਰ ਸਾਹਮਣੇ ਆਈ। ਅਪਰਾਧਕ ਵਾਰਦਾਤਾਂ ਲਗਾਤਾਰ ਜਾਰੀ ਨੇ ਅਤੇ ਇੱਕ ਵਾਰ ਫਿਰ ਜੰਡਿਆਲਾ ਗੁਰੂ ਦੇ ਵਿੱਚ ਗੋਲੀ ਚੱਲੀ ਹੈ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ, ਪੁਰਾਣੀ ਰੰਜਿਸ਼ ਦਾ ਮਾਮਲਾ ਇਸ ਨੂੰ ਦੱਸਿਆ ਜਾ ਰਿਹਾ ਹੈ, ਪਰ ਹਾਲੇ ਤਫਤੀਸ਼ ਜਾਰੀ ਹੈ। ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਇਸ ਝਗੜੇ ਦਾ ਕਾਰਨ ਕੀ ਹੈ, ਕਿਉਂ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਗੋਲੀਆਂ ਚਲਾਉਣ ਵਾਲੇ ਕੌਣ ਸਨ ਅਤੇ ਕਿਹੜੀ ਗੱਲ ਨੂੰ ਲੈ ਕੇ ਇਹ ਝਗੜਾ ਹੋਇਆ ਹੈ। ਪਰ ਅਪਰਾਧਕ ਵਾਰਦਾਤਾਂ ਲਗਾਤਾਰ ਜਾਰੀ ਨੇ। ਜੰਡਿਆਲਾ ਗੁਰੂ ਦੇ ਵਿੱਚ ਗੋਲੀ ਚੱਲੀ ਹੈ। ਭੀੜ ਭਾੜ ਵਾਲਾ ਇਲਾਕਾ ਹੈ, ਘਾਹ ਮੰਡੀ ਚੌਂਕ ਹੈ, ਜਿੱਥੇ ਸਬਜ਼ੀ ਵੇਚਣ ਦਾ ਕੰਮ ਕਰਦਾ ਇੱਕ ਵਿਅਕਤੀ ਅਤੇ ਉਸ ਦੇ ਗੋਲੀ ਮਾਰੀ ਗਈ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਉਸਦੇ ਪੁੱਤਰ ਦਾ ਕਿਸੇ ਨਾਲ ਝਗੜਾ ਸੀ ਤਾਂ ਵਿਅਕਤੀ ਆਉਂਦੇ ਨੇ ਉਸ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਨੇ ਅਤੇ ਉਸਦਾ ਪਿਤਾ ਲਕਸ਼ਮਣ ਦਾਸ ਉਸ ਨੂੰ ਬਚਾਉਣ ਲਈ ਅੱਗੇ ਵੱਧਦਾ ਹੈ ਤਾਂ ਵਿਅਕਤੀ ਉਸਦੇ ਗੋਲੀ ਮਾਰ ਦਿੰਦੇ ਨੇ, ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਤਾਂ ਪੁਲਿਸ ਮੌਕੇ 'ਤੇ ਪਹੁੰਚੀ ਹੈ, ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਇੱਥੇ ਉਹ ਕਹਿੰਦੇ ਕਹਿ ਰਹੇ ਵੀ ਕਹਿੰਦਾ ਰੇਹੜੀ 'ਤੇ ਝਗੜਾ ਆਇਆ ਇਹਨਾਂ ਦਾ, ਆਣ ਕੇ ਚਮਨ ਲਾਲ ਮੁੰਡਾ ਇਹਨਾਂ ਦਾ ਲਛਮਣ ਸਿੰਘ ਦਾ, ਰੇਹੜੀ 'ਤੇ ਝਗੜਾ ਆਇਆ, ਝਗੜਾ ਹੁੰਦਾ ਉਹਨੂੰ ਕੁੱਟਮਾਰ ਕਰਨ ਡਿਆ ਸੀਗੇ, ਉਹ ਡੰਡੇ ਵੀ ਟੁੱਟੇ ਆ, ਝਗੜਾ ਹੁੰਦਾ ਹੁੰਦਾ ਮਗਰੋਂ ਇਹ ਵੀ ਲਛਮਣ ਸਿੰਘ ਵੀ ਮਗਰ ਪਿਆ ਦੇ ਇਹਨਾਂ ਇਹ ਦੁਕਾਨ ਵਾਲੇ ਸਾਹਮਣੇ, ਉਹਦੇ ਮਗਰ ਭੱਜੇ ਉਹਨਾਂ ਦੇ ਅਤੇ ਭੱਜਣ ਦੇ ਕਾਰਨ ਉਹਨਾਂ ਨੇ ਗਾੜੀ ਇਹਨਾਂ ਨੂੰ ਉੱਥੇ ਵਜੋਂ ਮਗਰ ਲੱਗੇ ਤਾਂ ਉਹਨਾਂ ਨੇ ਜਾ ਗਾੜੀਆਂ ਗੋਲੀ ਚਲਾ ਦਿੱਤੀ। ਕਿੰਨੀ ਕੁ ਦੇਰ ਹੋਈ ਜੀ ਝਗੜਾ ਹੋਏ? 20 ਮਿੰਟ ਹੋਏ ਸਰ। ਕਿਹੜੀ ਜਗ੍ਹਾ ਜੀ ਇਹ? ਇਹ ਗਹਿਰੀ ਪਿੰਡ ਹੈ, ਆੜ ਝਗੜਾ ਹੈ, ਬਾਜ਼ਾਰ ਹੈ ਆਪਣਾ ਘਾਹ ਮੰਡੀ ਚੌਂਕ। ਕੌਣ ਸੀ ਉਹ ਲੋਕ ਜਿਹੜੇ ਝਗੜਾ ਕਰ ਰਹੇ ਸੀ? ਉਹ ਨਹੀਂ ਪਤਾ ਲੱਗਾ ਕੌਣ ਹੈ, ਉਹਨਾਂ ਨੇ ਇਹਨਾਂ ਨੂੰ ਪਤਾ ਹੋਊਗਾ ਜਿਨ੍ਹਾਂ ਨਾਲ ਝਗੜਾ ਹੋਇਆ ਕਾਰਨ ਝਗੜਾ ਹੈ, ਇਹਨਾਂ ਨੂੰ ਪਤਾ ਲੱਗੂਗਾ ਵੀ ਇਹਨੂੰ ਆਪੋ ਚੀਜ਼ ਡੈ ਲੰਡ ਹੈ, ਕਰਨ ਦਾ ਤਾਂ ਸਾਰਾ ਪਤਾ ਹੋਣਾ ਉਹਨੂੰ। ਗੋਲੀ ਵੱਜੀ ਹੋਈ ਸੀ ਉਹਦੇ? ਗੋਲੀ ਅਸੀਂ ਤਾਂ ਆਂਦੇ ਵੀ ਲੱਗੀ ਉਹਦੇ। ਕਿੰਨੇ ਜਣੇ? ਲਛਮਣ ਸਿੰਘ ਉਹਦੇ ਵਿੱਚ ਵੀਡੀਓ ਤਾਂ ਸਾਹਮਣੇ ਆਉਂਦੇ ਵੀ 4 ਜਣੇ। ਕਿੰਨੇ ਜਣਿਆਂ ਦੇ ਗੋਲੀਆਂ ਲੱਗੀਆਂ ਜੀ? ਗੋਲੀ ਤਾਂ ਲਛਮਣ ਸਿੰਘ ਦੇ ਆਂਦੇ ਲੱਗੀ, ਹੁਣ ਤਾਂ ਮੈਂ ਮੌਕੇ ਤੇ ਵੇਖਿਆ ਨਹੀਂ ਉਹਨੂੰ। ਗੋਲੀਆਂ ਕਿੰਨੀਆਂ ਚੱਲੀਆਂ ਕਿ ਦੱਸ ਦੇ? ਇਹ ਨਹੀਂ ਪਤਾ ਲੱਗਾ ਕਿੰਨੀਆਂ ਲੱਗੀਆਂ। ਬੰਦੇ ਕਾਹਤੇ ਆਏ?
ਬੰਦੇ ਹੀ ਤੇ ਭੱਜੇ ਆਂਡਿਆਂ ਦੇ ਤੁਰ ਕੇ ਆਏ। ਜੋ ਮੈਨੂੰ ਇੱਥੇ ਲੱਗ ਪਤਾ ਲੱਗਾ ਉਹਦੇ ਵਿੱਚ ਮੁਤਾਬਕ ਤੇ ਬੰਦੇ ਆਂਦੇ ਤੁਰ ਕੇ ਆਏ। ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ? ਸੀਸੀਟੀਵੀ ਫੁਟੇਜ ਦੇ ਕਢਾਉਣ ਨੇ ਹੁਣੇ ਕਢਾ ਰਹੇ ਆ। ਕੀ ਕਾਰਵਾਈ ਕਰ ਰਹੇ ਤੁਸੀਂ ਮੌਕੇ ਤੇ? ਕਾਰਵਾਈ ਮੌਕੇ ਤੇ ਜੋ ਬਣਦੀ ਤੇ ਕਰ ਦਿੰਦੇ। ਬਿਆਨ ਲੈ ਕੇ ਪਹਿਲਾਂ ਕੁੜੀਆਂ ਮਾਰ ਦਿੱਤਾ ਹੁੰਦੇ ਕੀ ਕਰਨ? ਇਹਦਾ ਕਾਰਨ ਤੇ ਸਾਰਾ ਅਸੀਂ ਸਾਰਾ ਪਤਾ ਹੀ ਕੀ ਕਾਰਨ ਹੈ। ਉਹ ਕੋਈ ਰੰਜਿਸ਼ ਹੋਊਗੀ ਇਹਨਾਂ ਦੀ ਆਪਸ ਵਿੱਚ? ਨਹੀਂ ਨਹੀਂ, ਮੰਨ ਲਓ ਕੋਈ ਰੰਜਿਸ਼ ਹੋਊਗੀ ਤਾਂ ਇਹਨਾਂ ਨਾਲ ਝਗੜਾ ਆ ਰੇੜੀ ਕੇ ਆਣ ਕੇ। ਇੱਥੇ ਕਹਿ